ਨਹੀਂ ਅਜੇ ਤਾਂ ਦੇਖੋ ਇਸ ਤਰ੍ਹਾਂ ਹੈਗਾ ਕਿ ਦੇਖੋ ਇਹ ਇਲੈਕਸ਼ਨ ਜਿਹੜੀ ਸੀ ਇਹ ਬਹੁਤ ਟਫ ਇਲੈਕਸ਼ਨ ਹੈਗੀ ਆ, ਕਿਉਂਕਿ ਇੱਥੇ ਸਰਕਾਰ ਆਮ ਪਾਰਟੀ ਦੀ ਆ ਔਰ ਉੱਤੇ ਬੀਜੇਪੀ ਦੀ ਆ, ਔਰ ਦੋਵਾਂ ਕੋਲ ਸਾਧਨਾਂ ਦੀ ਕੋਈ ਕਮੀ ਨਹੀਂ ਆ, ਔਰ ਉਹ ਪੂਰੇ ਸਾਧਨਾਂ ਦਾ ਉਪਯੋਗ ਵੀ ਕਰ ਰਹੇ, ਅਤੇ ਸਾਡੇ ਵਰਗੇ ਲੋਕ ਜਿਨ੍ਹਾਂ ਕੋਲ ਉਨੇ ਸਾਧਨ ਨਹੀਂ ਉਹਨਾਂ ਲਈ ਬਹੁਤ ਜ਼ਿਆਦਾ ਟਫ ਫਾਈਟ ਸੀ। ਮੈਂ ਫਿਰ ਵੀ ਕਾਂਗਰਸ ਦੇ ਵਰਕਰਸ ਔਰ ਰੱਬ ਦਾ, ਭਗਵਾਨ ਦਾ, ਛੋਟੇ ਸਾਹਿਬਜ਼ਾਦਿਆਂ ਦਾ, ਸਾਰਿਆਂ ਦਾ ਨਤਮਸਤਕ ਹੁੰਦਾ ਕਿ ਸਾਰਿਆਂ ਨੇ ਮੈਨੂੰ ਆਸ਼ੀਰਵਾਦ ਦੇ ਕੇ ਉਹ ਮੈਨੂੰ ਲਾਈਨ ਪਾਰ ਕਰਾ ਦਿੱਤੀ ਔਰ ਦੁਬਾਰਾ ਐਮ ਪੀ ਬਣਾ ਦਿੱਤਾ। ਬਹੁਤ ਬਹੁਤ ਧੰਨਵਾਦ। ਕੀ ਇਸ਼ੂ ਸੀ ਜ਼ਿਆਦਾ ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੁਹਾਡੇ? ਦੇਖੋ ਮੈਂ ਆਪਣੀਆਂ ਗੱਲਾਂ ਬਾਤਾਂ 'ਚ ਬਹੁਤ ਸਪਸ਼ਟ ਔਰ ਇਮਾਨਦਾਰ ਹਾਂ, ਮੈਂ ਕਦੇ ਵੀ ਕੋਈ ਲੁਕਾ ਛਿਪੀ ਵਾਲੀ ਗੱਲ ਕਰਦਾ ਨਹੀਂ ਹੈਗਾ। ਦੇਖੋ ਮੈਂ ਸਭ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਮੈਂ ਛੋਟੇ ਸਾਹਿਬਜ਼ਾਦਿਆਂ ਦੀ ਪਹਿਲਾਂ ਤਾਂ ਪਾਰਲੀਮੈਂਟ 'ਚ ਗੱਲ ਕਰੂੰਗਾ, ਔਰ ਦੂਸਰਾ ਮੈਂ ਇਹ ਕਿਹਾ ਸੀ ਕਿ ਮੈਂ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਹੈ ਉਹਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ 'ਚ ਕਰਾਉਣ ਲਈ, ਯਾਰ ਬਲਜਿੰਦਰ ਸਿੰਘ ਹਮਦਰਦ ਦਾ ਉਹਦਾ ਲੈ ਲਾ, ਮੈਂ ਇਹ ਕਿਹਾ ਸੀ ਕਿ ਮੈਂ ਔਰ ਪ੍ਰੋਮਿਸ ਵੀ ਕੀਤਾ ਸੀ ਕਿ ਪਾਰਲੀਮੈਂਟ 'ਚ ਜਾ ਕੇ ਮੇਰਾ ਪਹਿਲਾ ਭਾਸ਼ਣ ਜਿਹੜਾ ਹੋਊਗਾ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 'ਤੇ ਹੋਊਗਾ, ਔਰ ਮੈਂ ਸ਼੍ਰੀ ਫਤਿਹਗੜ੍ਹ ਸਾਹਿਬ ਲਈ ਇੰਟਰਨੈਸ਼ਨਲ ਟੂਰਿਸਟ ਸਰਕਟ ਲਈ ਮੰਗੂੰਗਾ ਔਰ ਉਹੋ ਜਿਹੀਆਂ ਉਹਦੀਆਂ ਸੁਵਿਧਾਵਾਂ ਲਈ ਮੰਗੂੰਗਾ, ਔਰ ਉਹ ਮੈਂ ਮੰਗ ਰੱਖੀ। ਉਹ ਭਾਜਪਾ ਦੀ ਸਰਕਾਰ ਆ, ਉੱਤੇ ਮੋਦੀ ਜੀ ਹੈਗੇ ਆ, ਉਹਨਾਂ ਨੇ ਉਹਦੇ 'ਤੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ, ਅਤੇ ਉਹ ਮੇਰੀ ਇੱਕਦਮ ਬਹੁਤ ਵੱਡੀ ਗੱਲ ਪੈਂਡਿੰਗ ਆ। ਦੂਸਰੇ ਬਹੁਤ ਸਾਰੇ ਇਸ਼ੂਜ ਪੈਂਡਿੰਗ ਹੈ, ਬਹੁਤ ਸਾਰੀਆਂ ਗੱਲਾਂ ਸੀ ਉਹਨਾਂ ਨੇ, ਕਈ ਛੋਟੇ ਛੋਟੇ ਕਈ ਮੇਰੇ ਕੰਮ ਕਰ ਵੀ ਦਿੱਤੇ, ਲੇਕਿਨ ਬਹੁਤ ਸਾਰੀਆਂ ਮੇਜਰ ਰੇਲਵੇ ਦੀਆਂ ਇਸ਼ੂਜ, ਨੈਸ਼ਨਲ ਹਾਈਵੇ ਦੇ ਇਸ਼ੂਜ, ਬਹੁਤ ਸਾਰੇ ਇਸ਼ੂਜ ਉਹਨਾਂ ਨੇ ਛੱਡੇ ਵੀ ਹੋਏ ਆ। ਉਹ ਮੈਂ ਹੁਣ ਕੀ ਕਰੂੰਗਾ ਕਿ ਆਹ ਕਰਕੇ ਮੈਂ ਆਪਣੇ ਲੀਡਰਾਂ ਨਾਲ, ਵਰਕਰਾਂ ਨਾਲ, ਸਾਰੇ ਸਪੋਰਟਰਾਂ ਨਾਲ ਗੱਲ ਕਰਕੇ ਇੱਕ ਉਹ ਸੂਚੀ ਨੂੰ ਦੁਬਾਰਾ ਰਿਵਾਈਜ਼ ਕਰਕੇ ਲੈ ਕੇ ਜਾਊਂਗਾ, ਕਿਉਂਕਿ ਦੂਸਰੀ ਵਾਰ ਚੁਣਿਆ ਗਿਆ ਨਾ, ਅਤੇ ਉਹ ਦੂਸਰੀ ਵਾਰੀ ਇਹਨਾਂ ਸਾਰੇ ਲੋਕਾਂ ਨਾਲ ਗੱਲ ਕਰਕੇ ਮੈਂ ਸੂਚੀ ਬਣਾਊਂਗਾ ਕਿ ਕਿਹੜੀਆਂ ਗੱਲਾਂ ਭਾਰਤ ਸਰਕਾਰ ਤੋਂ ਕਰਾਉਣੀਆਂ ਨੇ, ਕਿਹੜੀਆਂ ਗੱਲਾਂ ਪੰਜਾਬ ਸਰਕਾਰ, ਔਰ ਉਸੇ ਪ੍ਰਿਓਰਿਟੀ ਦੇ ਹਿਸਾਬ ਨਾਲ ਫਿਰ ਮੈਂ ਆਪਣਾ ਕੰਮ ਸ਼ੁਰੂ ਕਰ ਦੇਣਾ।